ਜਾਗਰਣ ਵਲੌਗਸ ਤੇ ਮੈਂ ਇਸ ਟਾਈਮ ਹੈਗਾ ਚੌੜਾ ਬਾਜ਼ਾਰ ਲੁਧਿਆਣੇ ਦਾ ਜਿਹੜਾ ਕਿ ਵਾਹ ਵਾਹ ਫੇਮਸ ਆ ਕਾਫੀ ਤੇ ਤੁਸੀਂ ਪਿੱਛੇ ਦੇਖ ਵੀ ਰਹੇ ਹੋ ਵੀ ਕਿੰਨਾ ਇੱਥੇ ਟ੍ਰੈਫਿਕ ਹੈ ਤੇ ਕਿੰਨਾ ਰਸ਼ ਆ। ਟਾਈਮ ਵੀ ਅਜੇ 12 ਵਜੇ ਨੇ ਤੇ ਇੱਥੇ ਸਾਰਾ ਮਤਲਬ ਮਟੀਰੀਅਲ ਸਸਤਾ ਮਟੀਰੀਅਲ ਮਿਲਦਾ ਇਸ ਮਾਰਕੀਟ ਵਿੱਚ ਕਾਫੀ ਜ਼ਿਆਦਾ ਤੇ ਤੁਸੀਂ ਹਰੇਕ ਚੀਜ਼ ਇੱਥੋਂ ਆਣ ਕੇ ਲੈ ਸਕਦੇ ਹੋ ਤੇ ਤੁਸੀਂ ਜਦੋਂ ਮਰਜ਼ੀ ਆ ਜਾਓ ਸ਼ਾਪਿੰਗ ਕਰਦੇ। ਸਿਰਫ ਇਹ ਸੰਡੇ ਕਲੋਜ਼ ਹੁੰਦਾ ਤੇ ਜਾਂ ਮੰਡੇ। ਇਵੇਂ ਸੇਲ ਹੀ ਚੱਲਦੀ ਰਹਿੰਦੀ ਹੈ ਜਿਵੇਂ ਕਿ 120 ਰੁਪਏ ਲਿਖ ਕੇ 100 ਰੁਪਏ ਲਿਖ ਕੇ ਲਾਇਆ ਪਜਾਮਾ ਇਹਨਾਂ ਨੇ। ਸਸਤੇ ਰੇਟ ਨੇ ਕਾਫੀ ਇੱਥੇ। ਕਿਵੇਂ ਰਸ਼ ਪੈਂਦਾ ਇੱਥੇ, ਕਿਵੇਂ ਰੋਲਾ ਪੈ ਰਿਹਾ। ਇਹ ਸਾਰੀ ਮਾਰਕੀਟ ਇਹਨੇ ਮਤਲਬ ਇਸੇ ਕੰਮ ਦੀ ਹੋਏ ਅਤੇ ਮਤਲਬ ਬਹੁਤ ਘੱਟ ਮਤਲਬ ਕੁਆਲਿਟੀ ਦੇ ਰੇਟ 'ਤੇ ਮਿਲਦੇ ਨੇ ਅਤੇ ਬਾਕੀ ਤੁਸੀਂ ਇੱਥੇ ਵੀ ਆ ਕੇ ਸ਼ੋਪਿੰਗ ਕਰ ਸਕਦੇ। ਚੌੜਾ ਬਾਜ਼ਾਰ ਲੁਧਿਆਣੇ ਦਾ ਜਿਹੜੀ ਕਾਫੀ ਫੇਮਸ ਆ, ਤੁਸੀਂ ਦੇਖਿਆ ਇੱਥੇ ਕਿਵੇਂ ਰੌਣਕ ਲੱਗੀ ਹੋਈ ਆ, ਕਿਵੇਂ ਟ੍ਰੈਫਿਕ ਆ, ਕਿਵੇਂ ਇੱਕ ਦੂਜੇ ਦੇ ਧੱਕਾ ਮਧੱਕਾ ਹੋਣ ਡਿਆ। ਅਤੇ ਇਹ ਜਿਹੜਾ 9 ਵਜੇ ਓਪਨ ਹੋ ਜਾਂਦਾ ਹੈ ਅਤੇ ਰਾਤ ਨੂੰ 9:30 10 ਵਜੇ ਬੰਦ ਹੋ ਜਾਂਦਾ ਹੈ। ਅਤੇ ਇਹਦੀ ਮੈਂ ਲੋਕੇਸ਼ਨ ਵੀ ਸ਼ੇਅਰ ਕਰ ਦੂੰਗਾ। ਇਹਦੇ ਅੰਦਰ ਕਿੰਨੀਆਂ ਹੀ ਮਾਰਕੀਟਸ ਨੇ, ਜਿਵੇਂ ਕਿ ਮੈਂ ਜਵੈਲਰੀ ਵਾਲੀ ਮਾਰਕੀਟ ਵੀ ਦੱਸੀ ਸੀਗੀ, ਗੁੜ ਬਾਜ਼ਾਰ, ਠੀਕ ਹੈ, ਮੋਬਾਈਲ ਮਾਰਕੀਟ ਵੀ ਇੱਧਰ ਆ, ਠੀਕ ਆ, ਛੋਟੇ ਬੱਚਿਆਂ ਦਾ ਵੀ ਸਮਾਨ ਮਿਲ ਜਾਂਦਾ। ਅਤੇ ਇਹ ਬਿਲਕੁਲ ਘੰਟਾ ਘਰ ਦੇ ਓਪੋਜ਼ਿਟ ਆ। ਅਤੇ ਤੁਸੀਂ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ। ਅਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਜੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕੋਈ। ਅਤੇ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਬਟਨ ਨੱਪਣਾ ਨਾ ਭੁੱਲਿਓ।